ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਹੈਗਾ ਦਿਨ ਸੰਡੇ, ਬੱਚਿਆਂ ਨੂੰ ਕੇਸੀ ਨਵਾਉਣ ਲੱਗਾ ਸੀ। ਹਾਂ ਵੀਰ, ਉੱਠ ਖੜਿਆ ਵੈਸੇ ਹੀ ਪਿਆ ਇਹ। ਅਤੇ ਬਲਜਿੰਦਰ ਬੱਚਿਆਂ ਦੇ ਕੱਪੜੇ ਕੱਟ ਰਹੀ ਹੈਗੀ, ਜਿਹੜੇ ਪਾਉਣੇ ਆ ਅੱਜ। ਕੇਸੀ ਨਵਾਉਂਗਾ ਹੁਣ ਮੈਂ ਨਾਲ, ਬਾਕੀ ਅੱਜ ਸੰਧਾਰਾ ਲੈ ਕੇ ਵੀ ਆਉਣਾ ਬਲਜਿੰਦਰ ਦੇ ਪੇਕਿਆਂ ਤੋਂ, ਅਤੇ ਉਹਦੀ ਵੀ ਸੈਟਿੰਗ ਸੁਟਿੰਗ ਕਰਨੀ ਆ। ਸਫਾਈ ਸਫੂਈ ਕਰਾਂ, ਮਾੜੀ ਮੋਟੀ ਸੈਟਿੰਗ ਰਹਿ ਗਈ, ਬਾਕੀ ਤਾਂ ਨਹੀਂ ਕਰਤੀ ਸਾਰੀ ਬਲਜਿੰਦਰ ਨੇ। ਚਲੋ ਮੈਂ ਨਵਾਉਣ ਜਾਂਦਾ ਹੁਣ ਗੁਰਮੇਹਰ ਨੂੰ ਪਹਿਲਾਂ, ਫਿਰ ਮਹਾਵੀਰ ਨਹਾਲੂਗਾ, ਤੋਂ ਬਾਅਦ ਘਰ ਲੂ ਦਿੱਤੇ ਸੀਗੇ ਬਲਜਿੰਦਰ ਦੇ ਤਾਜ ਦੇ ਮੁੰਡੇ ਨੇ, ਅਤੇ ਇਹ ਆਲੂ ਖਰਾਬ ਹੋ ਗਏ ਕਿਉਂਕਿ ਅਸੀਂ ਉਦੋਂ ਜਦੋਂ ਸਾਨੂੰ ਮਿਲੇ ਸੀ ਅਸੀਂ ਹਜੂਰ ਸਾਹਿਬ ਚਲੇ ਗਏ, ਇਹਨਾਂ ਨੂੰ ਹਵਾ ਹਵਾ ਉਦੋਂ ਪ੍ਰੋਪਰ ਲੱਗੀ ਨਹੀਂ ਹੈਗੀ, ਸਾਰੇ ਖਰਾਬ ਹੋ ਗਏ, ਇੰਨੇ ਮਹਿੰਗੇ ਹੋਏ ਪਏ ਨੇਗੇ, ਹੁਣ ਡਸਟਬਿਨ 'ਚ ਸੁੱਟ ਕੇ ਆਉਣ। ਆਲੂ ਖਰਾਬ ਹੋ ਗਏ, ਇੰਨੇ ਮਹਿੰਗੇ ਹੋਏ ਨੇ, 30-40 ਰੁਪਏ ਕਿਲੋ ਹੋਏ ਪਏ ਨੇ ਹੁਣ ਆਲੂ, ਆਹ ਘੱਟੋ ਘੱਟ ਇਹ 20 ਕਿਲੋ ਆਲੂ ਹੋਣਗੇ, 1000 ਰੁਪਏ ਦੇ ਆਲੂ ਸੁੱਟਣੇ ਪੈ ਰਹੇ ਨੇਗੇ। ਨਵਾ ਪਏ ਸੀਗੇ ਬਲਜਿੰਦਰ, ਹੁਣ ਫਰਿੱਜ ਸਾਫ਼ ਕਰਨ ਲੱਗੀ ਹੋਈ ਹੈ ਜੀ। ਆਹ ਖਜੂਰਾਂ ਲਿਆਏ ਥੋੜ੍ਹੀਆਂ ਜੀ, ਉਹ ਵੀ ਖਰਾਬ ਹੋ ਗਏ, ਇੱਕ ਦਿਨ ਵੀ ਚੀਜ਼ ਚੱਲਦੀ ਨਹੀਂ ਹੈਗੀ, ਇੰਨਾ ਬੁਰਾ ਹਾਲ ਹੋਇਆ ਪਿਆ, ਪਤਾ ਨਹੀਂ ਗਰਮੀ ਕਰਕੇ ਪਤਾ ਨਹੀਂ ਚੀਜ਼ਾਂ ਇਹੋ ਜਿਹੀਆਂ ਹੋਣ ਲੱਗ ਗਈਆਂ। ਰੋਟੀ ਖਾਣ ਲੱਗਦੇ ਹਾਂ ਹੁਣ, ਛੇਤੀ ਛੇਤੀ ਖਾ ਲਓ ਫਿਰ, ਵਾਲ ਵਾਹੁਣੇ ਦਵਾ ਦਵਾ ਕਰੋ, ਸੁਕਾਓ ਇਹਨਾਂ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ, ਹੁਣ ਬੰਨੀ ਨਾ ਰੱਖੋ ਸਾਰੀ ਦਿਹਾੜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਾਰੇ ਜਣੇ ਵਧੀਆ ਹੋਵੋਗੇ। ਅਤੇ ਅੱਜ ਆਉਣਾ ਮੈਂ ਮੇਰੇ ਪੇਕਿਆਂ ਨੇ ਸੰਧਾਰਾ ਲੈ ਕੇ, ਸਾਰਾ ਕੰਮ ਕੁੰਮ ਮੈਂ ਕਰ ਲਿਆ ਸੀਗਾ, ਝਾੜੂ ਪੋਚਾ ਡਸਟਿੰਗ ਸਭ ਕੁਛ ਕਰ ਲਿਆ, ਅਤੇ ਚਾਦਰਾਂ ਦੇਖੋ ਨਵੀਆਂ ਵਿਛਾਤੀਆਂ ਮੈਂ, ਸਾਰਾ ਕੁਛ ਕਰ ਲਿਆ, ਅਤੇ ਹੁਣ ਮੈਂ ਆਪ ਨਾ ਕਿ ਤਿਆਰ ਹੋਣ ਲੱਗੀ ਹਾਂ। ਮੈਂ ਤਾਂ ਥੋੜ੍ਹਾ ਜਿਹਾ ਆਪਦੇ ਮੂੰਹ ਦੀ ਵੀ ਕੁੱਚਾ ਮਾਂਜੀ ਕਰ ਲਈਏ, ਅਤੇ ਉਹ ਤੜਪੇ ਉੱਥੋਂ, ਫੋਨ ਕੀਤਾ ਸੀ ਮੈਂ, ਘੰਟਾ ਹੋ ਗਿਆ। ਕਿੱਥੇ ਕਮਾਂਜੀ? ਹੁਣ ਨਹੀਂ ਕੀਤਾ, ਤੁਰਿਆ ਉਦੋਂ ਕੀਤਾ। ਤੇ ਮਹਾਵੀਰ ਗਿਆ ਹੈ ਟਿਊਸ਼ਨ ਤੇ, 10 ਤੋਂ ਲੈ ਕੇ 12 ਵਜੇ ਤੱਕ ਟਿਊਸ਼ਨ ਸੀ ਉਹਦੀ, ਅੱਜ ਗੁਰਮੇਹਰ ਨੇ ਟਿਊਸ਼ਨ ਜਾਣਾ ਹਜੇ ਇਹਦੀ, 11 ਤੋਂ ਲੈ ਕੇ 12:15 ਤੱਕ ਟਿਊਸ਼ਨ, ਇਹਨਾਂ ਦੇ ਟਿਊਸ਼ਨ ਤਾਂ ਮੁੜੇ ਆਉਣਗੇ ਰਾਤ ਨੂੰ, ਲੜ ਕੇ ਆਉਣਗੇ ਇਹਨਾਂ ਦੇ। ਤੂੰ ਲੁਕੇਗਾ, ਨਿਕਲ ਜਾ, ਮੈਂ ਲੁਕ ਜਾਗਾ, ਤੂੰ ਪਹਿਲ ਮਾਰ ਕੇ, ਉਹ ਬੜੀ ਜਲਦੀ ਆ ਗਿਆ, ਮੇਰਾ ਸਾਰਾ ਨਾਲਾ ਕੰਮ ਹੋ ਗਿਆ, ਪਹਿਲੇ ਹੋ ਗਿਆ ਕੰਮ ਤੇਰਾ ਗੁਰਮੇਹਰ, ਸਭ ਬਣਾ ਹੋਊਗਾ। ਲਓ ਜੀ ਪਹੁੰਚ ਗਏ ਬੰਦੇ, ਪਰ ਟਾਈਮ ਬਹੁਤ ਲੱਗਦਾ ਇਹਨਾਂ ਨੇ, 12:30 ਹੋ ਗਏ ਦੁਪਹਿਰ ਦੇ, ਅਤੇ 3 ਵਜੇ ਤੈਨੂੰ ਮੁੜਨਾ, ਤੇਰੇ 2-2.5 ਘੰਟੇ ਨੇ ਇਹਨਾਂ ਕੋਲੇ। ਆ ਜਾ ਆ ਜਾਓ, ਪਹਿਲਾਂ ਹੀ ਬਥੇਰੇ ਲੇਟ ਹੋ, 12:30 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ, ਹੋਰ ਚੱਕ ਲੈ ਕਿੱਦਾਂ, ਬਹੁਤ ਲੇਟ ਹੋ ਗਏ, ਕਮਾਲ ਹੀ ਕਰਤੀ, ਘਰ ਦੇ ਆੜੂ ਲੈ ਆਏ ਤੋੜ ਕੇ ਟੋਕਰਾ ਭਰ ਕੇ, ਹੈ ਚਲੋ ਵਧੀਆ। ਜਵਾਕ ਕਿੱਥੇ ਰਹਿ ਗਏ? ਜਵਾਕਾਂ ਦਾ ਬਣਾ ਲੈ ਕੇ ਨੀ, ਅੱਛਾ ਆਏ ਨੇਗੇ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਠੀਕ ਹੋ? ਸਾਰੇ ਵਧੀਆ, ਹਾਂਜੀ ਸਤਿ ਸ਼੍ਰੀ ਅਕਾਲ ਮੰਮੀ, ਠੀਕ ਹੋ? ਹਾਂਜੀ, ਬਹੁਤ ਲੇਟ ਹੋ ਗਏ, ਦੁਪਹਿਰੇ ਹੀ ਕਰਤਾ, ਬਸ ਪੁੱਛੋ ਨਾ, ਕੁਛ ਨੀ ਹੋਇਆ ਹੈਗਾ, ਮਿਰਚਾਂ ਨੂੰ ਵੀ ਬਿਮਾਰੀ ਜੀ ਪੈ ਗਈ, ਆੜੂ ਚੱਕ ਲਓ, ਆੜੂ ਘਰ ਦੇ ਲੈ ਕੇ ਆਏ ਨੇ ਇਹ, ਸਵਾਦ ਬਹੁਤ ਨੇ, ਖਾ ਕੇ ਦੇਖੇ ਸੀਗੇ,
ਆਪਣੇ ਤਾਂ ਉਹ ਵੀ ਬਹੁਤ ਸਵਾਦ ਸੀ ਆਲੂ ਬੁਖਾਰੇ ਲੱਗੇ ਜਿਹੜੇ ਕੱਚੇ ਵਧੀਆ ਸੀ ਹੈਂ ਉਹ ਤਾਂ ਕੱਚੇ ਵਧੀਆ ਸੀ ਹਾਂ ਉਹ ਵੀ ਬਹੁਤ ਸਵਾਦ ਸੀ ਆਲੂ ਬੁਖਾਰੇ ਵੀ ਇਹ ਬੰਦਾ ਰੈਸਟ ਵਾਲਾ ਇਹ ਰੈਸਟ ਪ੍ਰੇਮੀ ਬੰਦਾ ਬਸ ਹੋ ਗਈ ਐਡੀ ਛੇਤੀ ਅੱਜ ਤਾਂ ਟੌਰ ਵੀ ਬਹੁਤ ਲਾਈ ਹੋਈ ਹੈਗੀ 2 ਘੰਟੇ ਹੋ ਗਏ ਅੱਪੇ ਨਵੇਂ ਲੈ ਕੇ ਆਇਆ ਲੱਗਦਾ ਇੱਕੀ ਦਾ ਨਹੀਂ ਹੋਈ ਹਾਂ ਚੱਕੋ ਚੱਕੋ ਪਾਣੀ ਪੀਓ ਨਾ ਪੀਓ ਤੁਸੀਂ ਵਧੀਆ ਲੱਗਦੀ ਆ ਚੱਕੋ ਚੱਕ ਆ ਜਵਾਕਾਂ ਨੂੰ ਲਿਆ ਦੋ ਆ ਚੱਕੋ ਏ ਮੈਂ ਵੀ ਚੱਕ ਕੱਲ ਮੈਂ ਲੇਟ ਆਉਣਾ ਸੀ ਕੱਲ ਮੈਂ 4:30 ਆਇਆ ਸਕੂਲ ਤਾਂ ਮੈਨੂੰ ਲੱਗਿਆ ਚਲੇ ਗਏ ਹੋਵਾਂਗੇ 12:30 ਹੋ ਗਏ ਟਾਈਮ ਦੇਖਣ ਲੱਗ ਗਿਆ ਆਉਂਦੀ ਇਹ ਹੈ ਬੰਦਾ ਆਟੋ ਵਾਲਾ ਜਵਾਬ ਦੇ ਗਿਆ ਹੈ ਕੀ ਪਤਾ ਕੀ ਗੱਲ ਹੁਣ ਭੈਣੀ ਬਡਿੰਗਾ ਮਿਲ ਗਿਆ ਹੁਣ ਕਹਿੰਦਾ ਕਿ ਮੈਂ ਬਈ ਦੇਖ ਲੋ ਜੇ ਹੋਰ ਕੋਈ ਲੱਭ ਗਿਆ ਸਾਨੂੰ ਦੇਖ ਲੋ ਮੈਂ ਕਿਹਾ ਤੂੰ ਦੱਸ ਜੇ ਤੂੰ ਜਵਾਬ ਦੇ ਦੇਗਾ ਸਾਨੂੰ ਤਾਂ ਲੱਭ ਹੀ ਜਾਣਾ ਤੂੰ ਦੇਖ ਲਾ ਕਹਿੰਦਾ ਤੁਸੀਂ ਫਿਰ ਐਂ ਕਰੋ ਬਸ ਮੈਨੂੰ ਫਿਰ ਐਂ 10 ਰੁਪਏ ਹੋਰ ਦੇ ਦਾਂਗੇ ਇਦੋਂ ਵੱਧ ਨਹੀਂ ਕਹਿੰਦਾ ਹੁਣ ਤੁਸੀਂ 100 ਕਰ ਦਿਓ ਮੈਂ ਕਿਹਾ ਨਹੀਂ ਮੈਂ ਕਿਹਾ ਨਾ ਮੈਂ ਤੁਹਾਨੂੰ ਕਹੀ ਬੈਗ ਲੈ ਬੈਗ ਕਰਕੇ ਹਫਤਾ ਰਹਿ ਕੇ ਸਾਡੇ ਕੋਲੇ ਮਹੀਨੇ ਚ 4 ਨਾ ਗਏ ਠੀਕ ਆ ਮੈਂ ਕਿਹਾ ਤੂੰ ਤੁਹਾਨੂੰ ਥੋੜੇ ਦਿਨ ਬਾਅਦ ਕਹਿੰਦਾ ਮੈਂ ਇੱਥੇ ਆ ਮੈਂ ਕਿਹਾ ਅਜੇ ਤਾਂ ਤੈਨੂੰ ਅਸੀਂ ਵੀ ਨੀ ਕਹਿੰਦੇ ਬਸ ਆਹੀ ਆ 2 ਮਹੀਨੇ ਕੋਈ ਨਾ ਫਿਰ ਦੇਖਾਂਗੇ ਸੋਚਾਂਗੇ ਆਈ ਸਾਲ ਔਖਾ ਕੋਮਲ ਕਰਕੇ ਹਨਾ ਆ 2 ਮਹੀਨੇ ਇਹਦਾ ਆਪੇ ਚਲਾ ਜਾਇਆ ਕਰੂਗਾ ਫਿਰ ਤਾਂ ਇਹਦਾ ਆਪੇ ਨਾ ਸਪਲੈਂਡਰ ਲੈ ਦੇ ਫਿਰ ਲੈ ਜਾਇਆ ਕਰੂਗਾ 20 ਉੱਥੇ ਜਾ ਕਰਾਂਗੇ 20 ਠੀਕ ਆ ਇੱਥੋਂ ਆ ਜਾ ਪੰਜਾਹ ਚ ਫੇਰ ਆ ਜਾ ਕਰਨਾ ਸੀ ਕਿਆ ਬੋਲਦੇ ਹਾਂ ਜੀ ਸਪਲੈਂਡਰ ਲੈ ਦੇ ਹੋਰ ਇਹਨੂੰ ਉਹ ਸਹੀ ਗੱਲ ਲੇਟ ਹੀ ਬਹੁਤ ਹੋ ਗਏ ਯਾਰ ਤੁਸੀਂ ਕਮਾਲ ਹੀ ਕਰਤੀ ਅੱਜ ਤਾਂ ਇੰਨੀ ਲੇਟ ਕਦੇ ਨਹੀਂ ਹੋਇਆ ਕਿਉਂ ਨਹੀਂ 10:30 ਤੋਂ ਉੱਤੇ ਇੰਨਾ ਹੀ ਟਾਈਮ ਪਿੰਡ ਤੋਂ ਤਾਂ ਆਉਣ ਲੱਗੇ ਘੰਟਾ ਲੱਗੇ ਹੋਣਾ ਯਾਨੀ ਆ ਕੇ ਖੜਿਆ ਨਹੀਂ ਹੁਣ ਕੰਮ ਵੱਧ ਗਿਆ ਤੇਰਾ ਅਸਲ ਚ ਨਾ ਘੰਟੇ ਦਾ ਫਰਕ ਪੈ ਗਿਆ ਕੰਮ ਵੱਧ ਗਿਆ ਤੇਰਾ ਘੰਟੇ ਦਾ ਹੀ ਬਹੁਤ ਫਰਕ ਆ ਫਿਰ ਆ ਕੇ ਡਰਮ ਦੇ ਉੱਤੇ ਰੋਟੀ ਖਾਧੀ ਕੱਪੜੇ ਪਾ ਕੇ ਜਿਹੜੀ ਛੇਤੀ ਜਲ ਜੁਲ ਲਾਈ ਫਿਰ ਹੈ ਜਲ ਤਾਂ ਬਾਥਰੂਮ ਮੈਂ ਤਾਂ 5 ਮਿੰਟ ਦਾ ਕੰਮ ਆ ਮੇਰਾ ਬਾਥਰੂਮ ਚ ਤਾਂ ਰਸੋਈ ਦਾ ਕਿਰਾਇਆ ਨਾਲ ਸਾਰਾ ਇਹ ਤਾਂ ਪੰਗੇ ਸੋਹਣੇ ਬਹੁਤ
ਸਾਡੇ ਮੋਟੇ ਇੰਨਾ ਕੁਛ ਕੀ ਕਰਨਾ ਸੀ ਸਾਡੇ ਤਾਂ ਪਹਿਲਾਂ ਥਾਂ ਨੀ ਹੈਗਾ ਸਮਾਨ ਰੱਖਣ ਨੂੰ ਬਹੁਤ ਔਖਿਆ ਸਮਾਨ ਰੱਖਣ ਤੋਂ ਅਸੀਂ ਇਹ ਕੋਈ ਰੱਖਣ ਰੁੱਖਣ ਨੂੰ ਵੀ ਲਿਆਉਣਾ ਸੀ ਕਿਆ ਕਰੋ ਅੰਦਰ ਹੈ ਇਹ ਰੱਖਾਂਗੇ ਗਾਹ ਚ ਅਸੀਂ ਇੰਨਾ ਸਮਾਨ ਹੁਣ ਕੰਬਲ ਕੁੰਬਲ ਅਲਮਾਰੀ ਪੂਰੀ ਜੀ ਰੱਖੀ ਜਾਂਦਾ ਇਹ ਸਮਾਨ ਉੱਥੋਂ ਚਾਰ ਪੰਜ ਆਈਟਮਾਂ ਲੈ ਆਏ ਸਾਡੇ ਤਾਂ ਦੋ ਹੀ ਕੱਪੜੇ ਨੇਗੇ ਇੱਕ ਇੱਕ ਕੱਪੜਾ ਸਾਰਿਆਂ ਨੂੰ ਮਸਾਂ ਤੇਰੀ ਤਾਂ ਨਿਕਲ ਹੀ ਰਿਹਾ ਕੱਪੜਾ ਵੀ ਪੂਰਾ ਨਹੀਂ ਹੈਗਾ ਤੇਰਾ ਤਾਂ ਚਲੋ ਚੱਕੋ ਕਰਾ ਠੰਡੀ ਹੋ ਜੂ ਦੋ ਲੈ ਕੇ ਆਉਂਦੇ ਮੱਧ ਕੱਪ ਲਿਫਾਫਾ ਦੇ ਦੋ ਮਾਮੇ ਨੂੰ ਮੰਮੀ ਕਹਿੰਦੇ ਮੈਨੂੰ ਸਜ਼ਾ ਲੱਗੀ ਸੱਤ ਨੂੰ ਲੱਗੀ